ਜ਼ਿਲ੍ਹਾ ਗੁਰਦਾਸਪੁਰ ਵਿਜੀਲੈਂਸ ਵਿਭਾਗ ਅਤੇ ਫੂਡ ਸਪਲਾਈ ਵਿਭਾਗ ਦੀ ਉੱਚ ਪੱਧਰੀ ਟੀਮ ਵੱਲੋਂ ਫੂਡ ਸਪਲਾਈ ਵਿਭਾਗ ਦੇ ਅੰਵਾਖਾ ਅਨਾਜ ਮੰਡੀ ਸਥਿਤ ਗੋਦਾਮ 'ਤੇ ਅਚਾਨਕ ਛਾਪੇਮਾਰੀ ਕੀਤੀ ਗਈ। ਵਿਜੀਲੈਂਸ ਟੀਮ ਦੇ ਇੰਸਪੈਕਟਰ ਗੁਰਪਾਲ ਸਿੰਘ ਅਤੇ ਫੂਡ ਸਪਲਾਈ ਵਿਭਾਗ ਦੇ DFS ਲਖਵਿੰਦਰ ਸਿੰਘ ਦੀ ਅਗਵਾਈ ਹੇਠ ਦੋਵਾਂ ਮਹਿਕਮਿਆਂ ਦੇ ਦਰਜਨ ਤੋਂ ਵਧੇਰੇ ਕਰਮਚਾਰੀਆਂ ਨੇ ਦੀਨਾਨਗਰ ਦੀ ਅਨਾਜ ਮੰਡੀ ਸਥਿਤ ਗੋਦਾਮ 'ਤੇ ਛਾਪੇਮਾਰੀ ਕਰਦਿਆਂ 4 ਘੰਟੇ ਦੇ ਕਰੀਬ ਸਟਾਕ 'ਚ ਪਏ ਅਨਾਜ ਅਤੇ ਵੰਡੇ ਗਏ ਅਨਾਜ ਦੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕੀਤੀ। ਟੀਮ ਦੀ ਅਗਵਾਈ ਕਰ ਰਹੇ ਬਿਜਨਸ ਵਿਭਾਗ ਦੇ ਇੰਸਪੈਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਘਪਲੇਬਾਜ਼ੀ ਦੀ ਸ਼ਿਕਾਇਤ ਦੀ ਜਾਂਚ ਲਈ ਉਹ ਆਏ ਸਨ ਅਤੇ ਉਹਨਾਂ ਵੱਲੋਂ ਸਾਰੇ ਤੱਥਾਂ ਦੀ ਮੁੱਢਲੀ ਪੜਤਾਲ ਕਰ ਲਈ ਗਈ ਹੈ ਅਤੇ ਇਸ ਦਾ ਵਿਸ਼ਲੇਸ਼ਣ ਕਰਨ ਮਗਰੋਂ ਹੀ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ। ਇਹ ਤਾਂ ਡਿਪਾਰਟਮੈਂਟਲ ਹੈ, ਇਨਕੁਆਰੀਜ਼ ਚੱਲਦੀਆਂ ਰਹਿੰਦੀਆਂ ਨੇ ਜਿਸ ਕਰਕੇ ਹੈ ਕਿ ਜਿਹੜਾ ਮੈਂ ਸ਼੍ਰੀ ਹਰਗੋਬਿੰਦਪੁਰ ਦੀ ਚੈਕਿੰਗ ਕੀਤੀ ਉਹਦੇ ਕਰਕੇ ਉਹਦੇ ਵਿੱਚ ਇਹਦੀਆਂ ਖਾਮੀਆਂ ਪਾਈਆਂ ਗਈਆਂ ਨੇ। ਰਿਕਾਰਡ ਟੋਟਲੀ ਸਾਰੇ ਡਿਪੂ ਹੋਲਡਰਾਂ ਦਾ ਆਪਣੇ ਕੋਲ ਰੱਖਿਆ। ਡਿਪੂ ਹੋਲਡਰ ਕਹਿੰਦੇ ਨੇ ਕਿ ਕਣਕੇ ਨੇ ਆਪ ਇਕੱਲੇ ਨੇ ਚੁਕਾਈ, ਆਪਣੇ ਰਿਸ਼ਤੇਦਾਰ ਸਿਕਿਉਰਟੀ ਗਾਰਡ ਰੱਖਿਆ ਉਹਨਾਂ ਦੇ ਥਰੂ ਚੁਕਾਈ ਆ। ਡਿਪੂ ਹੋਲਡਰਾਂ ਨੇ ਲਿਖ ਕੇ ਦਿੱਤਾ ਹੈ ਕਿ ਸਾਨੂੰ ਬਿਲਕੁਲ ਨਹੀਂ ਪਤਾ ਕਿ ਸਾਡੇ ਡਿਪੂ ਤੇ ਕਿੰਨੀ ਕਣਕ ਆਈ ਆ, ਕਿੰਨੀ ਮਤਲਬ ਸੁਸ਼ੀਲ ਕੁਮਾਰ ਨੂੰ ਲੈਟਰ ਕੱਢੀ ਹੈ 26 ਤਰੀਕ ਨੂੰ ਮੈਂ ਕਿ ਆਪਣਾ ਚਾਰਜ ਦੇ ਕਿਉਂਕਿ PD ਕੋਟੇ ਦੀ ਕਣਕ ਰਿਲੀਜ਼ ਕਰਨੀ ਹੈ ਅਤੇ ਮਿਸਟਰ ਸੁਸ਼ੀਲ ਹੁਣਾਂ ਨੇ ਚਾਰਜ ਨਹੀਂ ਦਿੱਤਾ, ਇਹ ਛੁੱਟੀ 'ਤੇ ਚਲੇ ਗਏ। ਉਹਦੇ ਤੇ ਜੁਆਇੰਟ ਕਸਟਡੀ 'ਚ ਵਰਿੰਦਰ ਕੁਮਾਰ ਇੰਸਪੈਕਟਰ ਵੀ ਨਾਲ ਸੀਗੇ, ਇਸ ਕਰਕੇ ਚਾਰਜ ਜਿਹੜਾ ਜੁਆਇੰਟ ਕਸਟਡੀ 'ਚ ਸੀ ਇੱਕ ਇੰਸਪੈਕਟਰ ਇੱਥੇ ਸੀ। ਮੈਂ ਕਣਕ ਜਿਹੜੀ ਹੈ ਮੇਰੇ ਚਾਰਜ ਲਏ ਬਿਨਾਂ ਹੀ ਚੁਕਾਉਣੀ ਸ਼ੁਰੂ ਕਰਤੀ ਹੈ, ਜਿਹਦੀ ਮੈਂ ਬਾਰ ਬਾਰ ਬੇਨਤੀ ਕਰ ਚੁੱਕਾ ਪਰ ਇਹ ਮੇਰੀ ਗੱਲ ਸੁਣ ਨਹੀਂ ਰਹੇ, ਜਿਸ ਕਰਕੇ ਮੈਨੂੰ ਜਿਹੜੀ ਇਹਨਾਂ ਦੀ ਸ਼ਿਕਾਇਤ ਜਿਹੜੀ ਉੱਚ ਅਧਿਕਾਰੀਆਂ ਨੂੰ ਕਰਕੇ ਮਤਲਬ ਇਹ ਕੰਮ ਕਰਨਾ ਪਿਆ। ਇੰਸਪੈਕਟਰ ਇਹਦੇ ਉਹ ਹਾਜ਼ਰੀ ਤੁਹਾਡੀ ਸੀ ਕਣਕ ਜਾਂ ਹੋਰ ਵੀ ਆਈ ਤੁਹਾਡੇ ਨਾਲ ਕੋਈ? ਇੰਸਪੈਕਟਰ ਆਪਾਂ 2 ਸੀਗੇ ਬਟ ਮੈਨੂੰ ਬੁਲਾਇਆ ਨਹੀਂ ਜਾ ਰਿਹਾ, ਮੈਨੂੰ ਮਤਲਬ ਇੱਥੇ ਆਉਣ ਨਹੀਂ ਦਿੱਤਾ ਜਾਂਦਾ। ਮੈਡਮ ਨੇ ਲਿਖਤੀ ਕੱਢਿਆ ਹੋਇਆ ਵੀ ਤੂੰ ਮੰਡੀ 'ਚ ਨਹੀਂ ਆਉਣਾ, ਜਦਕਿ ਇਹ ਕਿੱਦਾਂ ਨਹੀਂ ਕਰ ਸਕਦੇ। ਗੁਰਦਾਸਪੁਰ ਤੋਂ ਆਜ਼ਾਦ TV ਨਿਊਜ਼ ਦੇ ਲਈ ਦੀਪਕ ਕੁਮਾਰ ਦੀ ਰਿਪੋਰਟ।